ਭਾਅ ਜੀ ਜਨਵਰੀ ਦੀ ਨਵੇਂ ਸਾਲ ਵਾਲੇ ਦਿਨ ਰਾਤ ਨੂੰ 12:38 ਤੇ ਡਿਲੀਟ ਹੋ ਚੁੱਕੀ। ਮੇਰਾ ਨਾਮ ਅਮਰਪਾਲ ਸਿੰਘ ਸੰਧੂ ਹੈ ਜੀ। ਮੈਂ ਚਾਂਦ ਐਵਨਿਊ ਦਾ ਰਹਿਣ ਵਾਲਾ ਤੇ ਹਾਂਜੀ ਜੇ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਕੀ ਸਪਸ਼ਟੀਕਰਨ ਹੈ, ਕੀ ਸੱਚਾਈ ਹੈ? ਸੱਚਾਈ ਹੈ ਜੀ, ਨਵੇਂ ਸਾਲ ਦੇ 2022 ਜਨਵਰੀ ਪਹਿਲੇ ਮਹੀਨੇ ਦੇ ਨਵੇਂ ਸਾਲ ਵਾਲੇ ਦਿਨ ਰਾਤ ਬੇਟੀ ਹੈ ਮੇਰੀ ਅਤੇ ਅਸੀਂ ਕੋਠੇ 'ਤੇ ਖੜ੍ਹੇ ਸੀ ਅਤੇ ਉਹਨੇ ਫਾਇਰ ਕੀਤੇ ਇਹਦੇ 'ਚ ਪਿਸਟਲ 'ਚ ਅਤੇ ਜਦਕਿ ਉਹ ਇੱਕ ਸਾਲ ਪੁਰਾਣੀ ਵੀਡੀਓ ਆ, ਉੱਦਣ ਅਸੀਂ ਪਾਈ ਸੀ 12:38 'ਤੇ, ਉੱਦਣ ਦੀ ਹੀ ਸਾਲ ਪੁਰਾਣੀ ਡਿਲੀਟ ਹੋ ਚੁੱਕੀ ਹੈ। ਪਰ ਕੁਝ ਜਿਹੜੇ ਸ਼ਰਾਰਤੀ ਅਨਸਰ ਨੇ ਇਹਨਾਂ ਨੇ ਮਤਲਬ ਰਲ ਮਿਲ ਕੇ ਸਾਰਾ ਸਾਨੂੰ ਚੌਂਕੀ ਪਰ ਕੱਲ੍ਹ ਵੀ ਬੁਲਾਇਆ ਇਹਨਾਂ ਨੇ ਅਤੇ ਇਹਨਾਂ ਦਾ ਕੋਈ ਆਪਣਾ ਪੁਰਾਣਾ ਚੱਲ ਰਿਹਾ ਅਤੇ ਵਿੱਚ ਮੇਰੀ ਬੇਟੀ ਦੀ ਇਹਨਾਂ ਨੇ ਭਵਿੱਖ ਖਰਾਬ ਕਰ ਰਹੇ ਆ, ਉਹਦਾ ਜਾਣ ਕੇ ਮਤਲਬ ਉਹਨੂੰ ਵਿੱਚ ਮੈਟਰ ਰੱਖ ਰਹੇ ਆ ਕਿ ਉਹਨੇ ਆਹ ਕੀਤਾ ਉਹ ਨਾ ਕੀਤਾ। ਪਰ ਬਹੁਤ ਉਹ ਸਾਲ ਇੱਕ ਪੁਰਾਣੀ ਵੀਡੀਓ ਡਿਲੀਟ ਹੋ ਚੁੱਕੀ ਹੈ। ਕੀ ਲੱਗਦਾ ਕਿ ਜਾਣ ਬੁੱਝ ਕੇ ਵੀਡੀਓ ਇਸ ਸਮੇਂ ਵਾਇਰਲ ਕੀਤੀ ਗਈ ਹੈ, ਕੋਈ ਝਗੜਾ ਕਿਸੇ ਦਾ ਹੋਇਆ ਵਾ? ਹਾਂਜੀ ਹਾਂਜੀ, ਇਹ ਭਾਈ ਇੱਕ ਸਾਲ ਪੁਰਾਣੀ ਡਿਲੀਟ ਹੋ ਚੁੱਕੀ ਹੈ, ਪਰ ਇਹਨਾਂ ਨੇ ਮਤਲਬ ਕੁਝ ਬੰਦਿਆਂ ਨੇ ਜਿਹੜੇ ਸਾਰੇ ਇਕੱਠੇ ਹੋ ਗਏ, ਇਹਨਾਂ ਨੇ ਮਤਲਬ ਮੇਰੀ ਬੇਟੀ ਦੇ ਵੀਡੀਓ ਜਾਣ ਕੇ ਹੀ ਇਹਦੇ 'ਤੇ ਨਿਊਜ਼ 'ਤੇ ਪਵਾਤੀ ਇਹਨਾਂ ਨੇ। ਤਾਂ ਕੀ ਹੁਣ ਇਸਦੇ ਖਿਲਾਫ ਤੁਸੀਂ ਪੁਲਿਸ ਕਮਿਸ਼ਨਰ ਨੂੰ ਕੰਪਲੇਂਟ ਦਿੱਤੀ ਹੈ ਜਾਂ ਕਾਰਵਾਈ ਕਰਵਾਓਗੇ? ਹਾਂਜੀ ਹਾਂਜੀ, ਇਹ ਦਰਖਾਸਤ ਦੇਵਾਂਗੇ ਜੀ ਕਮਿਸ਼ਨਰ ਸਾਹਿਬ ਨੂੰ ਦੇਵਾਂਗੇ, ਕਿਉਂਕਿ ਇਹ ਬੱਚੀ ਦਾ ਭੁਇੱਖ ਆ, 13 ਸਾਲ ਦੀ ਬੱਚੀ ਆ ਅਤੇ ਇਹਨਾਂ ਨੇ ਉਹਦੀ ਵੀਡੀਓ ਵਾਇਰਲ ਕਰ ਦਿੱਤੀ ਆ, ਚੈਨਲਾਂ 'ਤੇ ਆ ਰਹੀ ਆ, ਪਰ ਇਹ ਸਾਰੇ ਜਿੰਨੇ ਵੀ ਆ ਬੰਦੇ ਸਾਰੇ ਸ਼ਰਾਰਤੀ, ਇਹਨਾਂ ਨੇ ਗਲਤ ਕੰਮ ਸਾਰਾ ਕੀਤਾ ਹੈ। ਇਹ ਤੁਹਾਡੇ ਤੋਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜੀ, ਜੋ ਇੱਕ ਵਾਇਰਲ ਵੀਡੀਓ ਦਿਖਾਈ ਗਈ ਹੈ ਜਿਸ ਵਿੱਚ ਇੱਕ ਲੜਕੀ ਹਵਾਈ ਫਾਇਰ ਕਰ ਰਹੀ ਹੈ। ਇਸ ਵਿੱਚ ਸਾਡੀ ਪੁਲਿਸ ਟੀਮ ਜਾਂਚ ਕਰ ਰਹੀ ਹੈ। ਅਜੇ ਤੱਕ ਸਾਨੂੰ ਕੋਈ ਕਲੈਰਿਟੀ ਨਹੀਂ ਕਿ ਲੜਕੀ ਕਿੱਥੋਂ ਦੀ ਹੈ, ਕੌਣ ਹੈ, ਅਤੇ ਇਹ ਜੋ ਵੈਰੀਫਾਈ ਕਰਕੇ ਜੋ ਵੀ ਚੀਜ਼ ਸਾਹਮਣੇ ਆਉਗੀ ਅਤੇ ਉਸ 'ਤੇ ਬੰਦੀ ਕਰਵਾਈ ਜਾਵੇਗੀ। ਸਰ ਲੱਗਦਾ ਨਹੀਂ ਲੋਕਾਂ ਨੇ ਮਨਾਂ 'ਚ ਡੇ ਡਰ ਉੱਠੇ ਹਵਾਈ ਫਾਇਰ ਕਰ ਦਿੰਦਾ ਕੋਈ ਨਾ ਕੋਈ ਗੋਲੀ, ਇਹ 'ਤੇ ਬੰਦੀ ਚਲਾਉਣੀ ਚਾਹੀਦੀ ਹੈ ਸਰਕਾਰ ਨੂੰ? ਬਿਲਕੁਲ ਜੀ, ਪੰਜਾਬ ਸਰਕਾਰ ਦੀਆਂ ਹਦਾਇਤਾਂ ਬਿਲਕੁਲ ਕਲੀਅਰ ਨੇ, ਮਾਨਯੋਗ DGP ਪੰਜਾਬ ਉਹਨਾਂ ਵੱਲੋਂ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕੋਈ ਵੀ ਬੰਦਾ ਅਗਰ ਹਥਿਆਰਾਂ ਦੀ ਪ੍ਰਦਰਸ਼ਨੀ ਕਰਦਾ ਜਾਂ ਹਵਾ ਦੇ ਵਿੱਚ ਕਿਸੇ ਤਰ੍ਹਾਂ ਦੀ ਫਾਇਰਿੰਗ ਕਰਦਾ ਤਾਂ ਉਸਦੇ ਖਿਲਾਫ ਪਰਚਾ ਰਜਿਸਟਰ ਹੁੰਦਾ ਜੀ, ਅਤੇ ਇਸ ਲਈ ਪੰਜਾਬ ਪੁਲਿਸ ਇਸ ਚੀਜ਼ ਵੱਲੋਂ ਬਹੁਤ ਸਖਤ ਹੈ। ਅਗਰ ਕੋਈ ਇਹੋ ਜਿਹੀ ਘਟਨਾ ਜਾਂ ਜਦੋਂ ਵੀ ਕੋਈ ਬੰਦਾ ਆਈਡੈਂਟੀਫਾਈ ਹੁੰਦਾ ਵਾ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਬਿਲਕੁਲ ਜੀ, ਅਸੀਂ ਤਾਂ ਸਾਡੇ ਵੱਲੋਂ ਕਲੀਅਰ ਇੰਸਟਰਕਸ਼ਨ ਨੇ, ਅਸੀਂ ਸਾਡੇ SHO ਸਾਰੇ ਜਾਂਚ ਵੀ ਕਰ ਰਹੇ ਨੇ। ਅਗਰ ਕੋਈ ਵੀ ਬੰਦਾ ਇਹਨਾਂ ਚੀਜ਼ਾਂ ਇਨਵੋਲਵਡ ਆ, ਕਿਸੇ ਨੇ ਕੋਈ ਹਥਿਆਰਾਂ ਦੀ ਗਲੋਰੀਫਿਕੇਸ਼ਨ ਕੀਤੀ ਹੈ, ਕੋਈ ਦਿਖਾਵਾ ਕੀਤਾ ਵਾ, ਕਿਸੇ ਉੱਤੇ ਧੌਂਸ ਜਮਾਈ ਆ, ਹਥਿਆਰਾਂ ਨਾਲ ਕਿਸੇ ਨੂੰ ਡਰਾਇਆ ਵਾ, ਧਮਕਾਇਆ ਵਾ ਜਾਂ ਹੁਲੜਬਾਜ਼ੀ ਕੀਤੀ ਆ, ਉਹਨਾਂ ਸਾਰਿਆਂ ਦੇ ਅਸੀਂ ਲਾਇਸੈਂਸ ਰੱਦ ਕਰ ਰਹੇ ਹਾਂ ਅਤੇ ਸਾਰਿਆਂ ਦੇ ਵੈਪਨਸ ਜ਼ਬਤ ਕੀਤੇ ਜਾਣਗੇ। ਤੁਹਾਡੇ ਵੱਲੋਂ ਕੀ ਮੈਸੇਜ ਜਨਤਾ ਨੂੰ ਜਿਹੜੇ ਇਹੋ ਜਿਹੇ ਵਾਈਫਾਈ ਕਰਦੇ? ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦਾ ਵਾਂ ਅਤੇ ਇਹ ਵਾਰਨਿੰਗ ਵੀ ਦਿੰਦਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਬਹੁਤ ਸਖਤ ਨੇ। ਮਾਨਯੋਗ CM ਪੰਜਾਬ ਵੱਲੋਂ ਆਪਾਂ ਸਭ ਨੂੰ 3 ਦਿਨ ਦਿੱਤੇ ਗਏ ਸੀ ਕਿ ਅਗਰ ਸਾਡਾ ਸੋਸ਼ਲ ਮੀਡੀਆ 'ਤੇ ਕੋਈ ਪੁਰਾਣੀਆਂ ਹਥਿਆਰਾਂ ਨਾਲ ਤਸਵੀਰਾਂ ਜਾਂ ਗਲੋਰੀਫਿਕੇਸ਼ਨ ਵਾਸਤੇ ਜਾਂ ਵੀਡੀਓਜ਼ ਚਲਾਉਂਦੇ ਦੀਆਂ ਪਾਈਆਂ ਗਈਆਂ ਨੇ ਉਹ ਉਹਨਾਂ ਨੂੰ ਡਿਲੀਟ ਕਰ ਦੇਣ। ਅਗਰ ਉਸ ਤੋਂ ਬਾਅਦ ਵੀ ਕੋਈ ਬੰਦਾ ਉਸ ਤਰ੍ਹਾਂ ਪਾ ਕੇ ਰੱਖਦਾ ਵਾ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ। ਦੁਖੀ ਭੈਣ ਭਰਾਵਾਂ ਦੇ ਸੱਜੇ ਹਮਦਰਦ ਬਾਬਾ ਜਲਾਲ ਸ਼ਾਹ 9876686799 ਪਤਾ ਲੁਧਿਆਣਾ ਪੰਜਾਬ। ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਿਆਰ 'ਚ ਧੋਖਾ, ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਸੌਤਨ ਦੁਸ਼ਮਣ ਦਾ ਖਾਤਮਾ, ਤਲਾਕ ਕੇਸ, ਜ਼ਮੀਨੀ ਝਗੜਾ, ਕਰਜ਼ਾ ਮੁਕਤੀ, ਵਿਦੇਸ਼ ਯਾਤਰਾ, ਵਿਦੇਸ਼ 'ਚ ਪੱਕੇ ਹੋਣਾ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ। ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਬਾਬਾ ਜਲਾਲ ਸ਼ਾਹ 9876686799 ਪਤਾ ਲੁਧਿਆਣਾ।